ਇਕੱਲਿਆਂ ਬਾਹਰ ਬੈਠਣ ਦਾ ਵੀ ਜ਼ਮਾਨਾ ਨਹੀਂ ਰਿਹਾ, ਕਿਉਂਕਿ ਇਹ ਲੁਟੇਰੇ ਹਰ ਥਾਂ ਤੇ ਤੁਹਾਡੇ ਤੇ ਨਜ਼ਰ ਰੱਖੀ ਬੈਠੇ ਨੇ ਤੇ ਮੌਕਾ ਲੱਭਦਿਆਂ ਹੀ ਤੁਹਾਨੂੰ ਲੁੱਟ ਦਾ ਸ਼ਿਕਾਰ ਬਣਾ ਲੈਂਦੇ ਨੇ। ਹੁਣ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮੁੰਡੇ ਨੂੰ ਜੋ ਕਿ ਇੱਕ ਦੁਕਾਨ ਦੇ ਬਾਹਰ ਬੈਠਾ ਹੋਇਆ ਸੀ, ਜਿਸ ਦੁਕਾਨ ਦਾ ਕੰਮ ਚੱਲ ਰਿਹਾ ਸੀ ਤੇ ਦੁਕਾਨ ਦੇ ਬਾਹਰ ਇਕੱਲਾ ਬੈਠਾ ਫੋਨ ਚਲਾ ਰਿਹਾ ਸੀ, ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਚਾਰ ਲੁਟੇਰੇ ਆਉਂਦੇ ਨੇ, ਇਸ ਮੁੰਡੇ ਨੂੰ ਫੜਦੇ ਨੇ, ਉਸ ਨਾਲ ਧੱਕਾ ਮੁੱਕੀ ਕਰਦੇ ਨੇ ਤੇ ਫਿਰ ਮੋਬਾਈਲ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਮੁੰਡਾ ਤਰਲੇ ਲੈਂਦਾ ਰਹਿ ਜਾਂਦਾ ਹੈ ਕਿ ਉਸਦਾ ਫੋਨ ਉਸਨੂੰ ਵਾਪਸ ਦੇ ਦਿੱਤਾ ਜਾਏ, ਪਰ ਇਹ ਲੁਟੇਰੇ ਉਸਦੀ ਇੱਕ ਨਹੀਂ ਸੁਣਦੇ ਅਤੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਗਈ ਹੈ। ਦੱਸ ਦਈਏ ਕਿ ਵੀਡੀਓ ਅੰਮ੍ਰਿਤਸਰ ਦੇ ਛਿਆਟਾ ਦੇ ਅਧੀਨ ਆਉਂਦੇ ਕਾਲੇ ਪਿੰਡ ਦੇ ਨੇੜੇ ਦੀ ਹੈ, ਜਿੱਥੇ ਇੱਕ ਮੋਟਰਸਾਈਕਲ ਤੇ ਚਾਰ ਲੁਟੇਰੇ ਗਲੀ ਦੇ ਵਿੱਚ ਆਉਂਦੇ ਨੇ, ਜਿੱਥੇ ਇੱਕ ਦੁਕਾਨ ਦੇ ਬਾਹਰ, ਜੋ ਕਿ ਦੁਕਾਨ ਬਣ ਰਹੀ ਸੀ ਹਲੇ, ਤਾਂ ਦੁਕਾਨ ਦੇ ਬਾਹਰ ਥੜੇ ਤੇ ਇਹ ਮੁੰਡਾ ਬੈਠਾ ਫੋਨ ਚਲਾ ਰਿਹਾ ਸੀ। ਇਕੱਲੇ ਨੂੰ ਦੇਖ ਕੇ ਪਹਿਲਾਂ ਤਾਂ ਬਾਈਕ ਤੋਂ ਉਤਰ ਕੇ ਇੱਕ ਲੁਟੇਰਾ ਇਸਦੇ ਕੋਲ ਜਾਂਦਾ ਹੈ ਤੇ ਫਿਰ ਦੂਜਾ ਵੀ ਉਸਦੇ ਪਿੱਛੇ ਪਿੱਛੇ ਚਲਾ ਜਾਂਦਾ ਹੈ। ਮੁੰਡੇ ਨੂੰ ਫੜਦੇ ਨੇ, ਬਾਹਰ ਸੜਕ ਤੇ ਲਿਆਉਂਦੇ ਨੇ ਤੇ ਫਿਰ ਉਸ ਨਾਲ ਧੱਕਾ ਮੁੱਕੀ ਕਰਦੇ ਹੋਏ ਉਸਦਾ ਫੋਨ ਖੋ ਲੈਂਦੇ ਨੇ। ਫੋਨ ਖੋ ਕੇ ਫਿਰ ਚਾਰੇ ਹੀ ਉਸੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ। ਮੁੰਡਾ ਤਰਲੇ ਰਹਿੰਦਾ ਰਹਿ ਜਾਂਦਾ ਹੈ ਕਿ ਮੇਰਾ ਫੋਨ ਵਾਪਸ ਕਰ ਦਿਓ, ਪਰ ਲੁਟੇਰੇ ਉਸਦੀ ਇੱਕ ਨਹੀਂ ਮੰਨਦੇ ਤੇ ਉੱਥੋਂ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ। ਲੜਕੇ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਪੁਲਿਸ ਦੇ ਵੱਲੋਂ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਜਲਦ ਹੀ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਏਗਾ। ਪਰ ਵੱਡੀ ਗੱਲ ਇੱਥੇ ਇਹ ਹੈ ਕਿ ਹੁਣ ਇਕੱਲੇ ਬਾਹਰ ਬੈਠਣਾ ਵੀ ਸੁਰੱਖਿਅਤ ਨਹੀਂ ਹੈ, ਕਿਉਂਕਿ ਇਹ ਲੁਟੇਰੇ ਇਹ ਚੋਰ ਕਿਤੇ ਵੀ ਤੁਹਾਨੂੰ ਪੈ ਸਕਦੇ ਨੇ, ਆਪਣੇ ਲੁੱਟ ਦਾ ਸ਼ਿਕਾਰ ਬਣਾ ਸਕਦੇ ਨੇ। ਗਨੀਮਤ ਇਹ ਰਹੀ ਹੈ ਕਿ ਇਹਨਾਂ ਲੁਟੇਰਿਆਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਜਾਨਲੇਵਾ ਹਮਲਾ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਹਥਿਆਰ ਦੇ ਨਾਲ ਕੋਈ ਵਾਰ ਕੀਤਾ ਗਿਆ। ਮੋਬਾਈਲ ਖੋ ਕੇ ਉੱਥੋਂ ਇਹ ਫਰਾਰ ਹੋ ਗਏ ਨੇ। ਫਿਲਹਾਲ ਮੁੰਡਾ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ ਤੇ ਉਸਦਾ ਕਹਿਣਾ ਹੈ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਏ। ਇਕੱਲਿਆਂ ਬਾਹਰ ਬੈਠਣ ਦਾ ਵੀ ਜ਼ਮਾਨਾ ਨਹੀਂ ਰਿਹਾ, ਕਿਉਂਕਿ ਇਹ ਲੁਟੇਰੇ ਹਰ ਥਾਂ ਤੇ ਤੁਹਾਡੇ ਤੇ ਨਜ਼ਰ ਰੱਖੀ ਬੈਠੇ ਨੇ ਤੇ ਮੌਕਾ ਲੱਭਦਿਆਂ ਹੀ ਤੁਹਾਨੂੰ ਲੁੱਟ ਦਾ ਸ਼ਿਕਾਰ ਬਣਾ ਲੈਂਦੇ ਨੇ। ਹੁਣ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮੁੰਡੇ ਨੂੰ, ਜੋ ਕਿ ਇੱਕ ਦੁਕਾਨ ਦੇ ਬਾਹਰ ਬੈਠਾ ਹੋਇਆ ਸੀ, ਜਿਸ ਦੁਕਾਨ ਦਾ ਕੰਮ ਚੱਲ ਰਿਹਾ ਸੀ ਤੇ ਦੁਕਾਨ ਦੇ ਬਾਹਰ ਇਕੱਲਾ ਬੈਠਾ ਫੋਨ ਚਲਾ ਰਿਹਾ ਸੀ, ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਚਾਰ ਲੁਟੇਰੇ ਆਉਂਦੇ ਨੇ, ਇਸ ਮੁੰਡੇ ਨੂੰ ਫੜਦੇ ਨੇ, ਉਸ ਨਾਲ ਧੱਕਾ ਮੁੱਕੀ ਕਰਦੇ ਨੇ ਤੇ ਫਿਰ ਮੋਬਾਈਲ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਨੇ। ਮੁੰਡਾ ਤਰਲੇ ਲੈਂਦਾ ਰਹਿ ਜਾਂਦਾ ਹੈ ਕਿ ਉਸਦਾ ਫੋਨ ਉਸਨੂੰ ਵਾਪਸ ਦੇ ਦਿੱਤਾ ਜਾਏ, ਪਰ ਇਹ ਲੁਟੇਰੇ ਉਸਦੀ ਇੱਕ ਨਹੀਂ ਸੁਣਦੇ ਅਤੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸਾਰੀ ਵਾਰਦਾਤ ਕੈਦ ਹੋ ਗਈ ਹੈ। ਦੱਸ ਦਈਏ ਕਿ ਵੀਡੀਓ ਅੰਮ੍ਰਿਤਸਰ ਦੇ ਛਿਆਟਾ ਦੇ ਅਧੀਨ ਆਉਂਦੇ ਕਾਲੇ ਪਿੰਡ ਦੇ ਨੇੜੇ ਦੀ ਹੈ, ਜਿੱਥੇ ਇੱਕ ਮੋਟਰਸਾਈਕਲ ਤੇ ਚਾਰ ਲੁਟੇਰੇ ਗਲੀ ਦੇ ਵਿੱਚ ਆਉਂਦੇ ਨੇ, ਜਿੱਥੇ ਇੱਕ ਦੁਕਾਨ ਦੇ ਬਾਹਰ, ਜੋ ਕਿ ਦੁਕਾਨ ਬਣ ਰਹੀ ਸੀ ਹਲੇ, ਤਾਂ ਦੁਕਾਨ ਦੇ ਬਾਹਰ ਥੜੇ ਤੇ ਇਹ ਮੁੰਡਾ ਬੈਠਾ ਫੋਨ ਚਲਾ ਰਿਹਾ ਸੀ। ਇਕੱਲੇ ਨੂੰ ਦੇਖ ਕੇ ਪਹਿਲਾਂ ਤਾਂ ਬਾਈਕ ਤੋਂ ਉਤਰ ਕੇ ਇੱਕ ਲੁਟੇਰਾ ਇਸਦੇ ਕੋਲ ਜਾਂਦਾ ਹੈ ਤੇ ਫਿਰ ਦੂਜਾ ਵੀ ਉਸਦੇ ਪਿੱਛੇ ਪਿੱਛੇ ਚਲਾ ਜਾਂਦਾ ਹੈ। ਮੁੰਡੇ ਨੂੰ ਫੜਦੇ ਨੇ, ਬਾਹਰ ਸੜਕ ਤੇ ਲਿਆਉਂਦੇ ਨੇ ਤੇ ਫਿਰ ਉਸ ਨਾਲ ਧੱਕਾ ਮੁੱਕੀ ਕਰਦੇ ਹੋਏ ਉਸਦਾ ਫੋਨ ਖੋ ਲੈਂਦੇ ਨੇ। ਫੋਨ ਖੋ ਕੇ ਫਿਰ ਚਾਰੇ ਹੀ
ਉਸੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ। ਮੁੰਡਾ ਤਰਲੇ ਲੈਂਦਾ ਰਹਿ ਜਾਂਦਾ ਹੈ ਕਿ ਮੇਰਾ ਫੋਨ ਵਾਪਸ ਕਰ ਦੋ, ਪਰ ਲੁਟੇਰੇ ਉਸਦੀ ਇੱਕ ਨਹੀਂ ਮੰਨਦੇ ਤੇ ਉੱਥੋਂ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ। ਲੜਕੇ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਪੁਲਿਸ ਦੇ ਵੱਲੋਂ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਜਲਦ ਹੀ ਇਹਨਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਏਗਾ। ਪਰ ਵੱਡੀ ਗੱਲ ਇੱਥੇ ਇਹ ਹੈ ਕਿ ਹੁਣ ਇਕੱਲੇ ਬਾਹਰ ਬੈਠਣਾ ਵੀ ਸੁਰੱਖਿਅਤ ਨਹੀਂ ਹੈ, ਕਿਉਂਕਿ ਇਹ ਲੁਟੇਰੇ, ਇਹ ਚੋਰ ਕਿਤੇ ਵੀ ਤੁਹਾਨੂੰ ਪੈ ਸਕਦੇ ਨੇ, ਆਪਣੇ ਲੁੱਟ ਦਾ ਸ਼ਿਕਾਰ ਬਣਾ ਸਕਦੇ ਨੇ। ਗਨੀਮਤ ਇਹ ਰਹੀ ਹੈ ਕਿ ਇਹਨਾਂ ਲੁਟੇਰਿਆਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਜਾਨਲੇਵਾ ਹਮਲਾ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਹਥਿਆਰ ਦੇ ਨਾਲ ਕੋਈ ਵਾਰ ਕੀਤਾ ਗਿਆ। ਮੋਬਾਈਲ ਖੋ ਕੇ ਉੱਥੋਂ ਇਹ ਫਰਾਰ ਹੋ ਗਏ ਨੇ। ਫਿਲਹਾਲ ਮੁੰਡਾ ਹੁਣ ਇਨਸਾਫ ਦੀ ਮੰਗ ਕਰ ਰਿਹਾ ਹੈ ਤੇ ਉਸਦਾ ਕਹਿਣਾ ਹੈ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਏ।